ਮੇਰੇ ਪਿਆਰਿਓ, ਆਸ ਹੈ ਕਿ ਤੁਸੀਂ ਠੀਕ ਠਾਕ ਹੋ। ਜੇਕਰ ਪ੍ਰਭੂ ਤੁਹਾਡੇ ਨਾਲ ਹੈ ਤਾਂ ਤੁਸੀਂ ਬਿਲਕੁਲ ਵੀ ਨਹੀਂ ਘਬਰਾਉਣਾ ਹੈ। ਹਾਂ, ਜੀਵਨ ਵਿੱਚ ਦੁੱਖ ਮੁਸੀਬਤਾਂ ਜ਼ਰੂਰ ਆਉਣਗੀਆਂ, ਪਰ ਉਹ ਛੇਤੀ ਹੀ ਚਲੀਆਂ ਜਾਣਗੀਆਂ, ਕਿਉਂਕਿ ਪਰਮੇਸ਼ਰ ਤੁਹਾਨੂੰ ਬਹੁਤ ਪਿਆਰ ਕਰਦਾ ਹੈ। ਇਸ ਲਈ ਅੱਜ ਵੀ ਤੁਹਾਨੂੰ ਵਚਨ ਦੇ ਦੁਆਰਾ ਕੁਝ ਕਹਿ ਰਿਹਾ ਹੈ। ਉਹ ਕਹਿੰਦਾ ਹੈ, ਮੇਰੇ ਬੇਟੇ, ਮੇਰੀ ਬੇਟੀ, ਨਿਰਾਸ਼ ਨਾ ਹੋ, ਹਰ ਦਿਨ ਹਿੰਮਤ ਰੱਖਣੀ ਹੈ, ਅਤੇ ਇਸੇ ਕਰਕੇ ਉਹ ਤੁਹਾਡੇ ਨਾਲ ਗੱਲ ਕਰਦਾ ਹੈ। ਜਾਣਦੇ ਹੋ ਮੈਂ ਕਿੱਥੋਂ ਬੋਲ ਰਿਹਾ ਹਾਂ? ਮੈਂ ਯਰੂਸ਼ਲਮ ਦੀ ਸਫੀਲ ਦੇ ਸਾਹਮਣੇ ਖੜਾ ਹੋ ਕੇ ਗੱਲ ਕਰ ਰਿਹਾ ਹਾਂ। ਯਿਸੂ ਮਸੀਹ ਦੇ ਦਿਨਾਂ ਦੇ ਦੌਰਾਨ ਬਹੁਤ ਸਾਰੇ ਲੋਕ ਇਸੇ ਸਫੀਲ ਦੇ ਅੰਦਰ ਰਹਿੰਦੇ ਸਨ, ਪਰ ਸਮੇਂ ਦੇ ਨਾਲ ਬਹੁਤ ਕੁਝ ਬਦਲ ਗਿਆ। ਹੁਣ ਇਸ ਦੇ ਬਾਹਰ ਵੀ ਬਹੁਤ ਸਾਰੀਆਂ ਇਮਾਰਤਾਂ ਬਣ ਗਈਆਂ ਹਨ, ਅਤੇ ਇਸ ਨੂੰ ਨਵਾਂ ਯਰੂਸ਼ਲਮ ਕਿਹਾ ਜਾਂਦਾ ਹੈ। ਲੇਕਿਨ ਅੱਜ ਵੀ ਉਸ ਪੁਰਾਣੇ ਯਰੂਸ਼ਲਮ ਦੇ ਅੰਦਰ ਬਹੁਤ ਸਾਰੇ ਲੋਕ ਰਹਿੰਦੇ ਹਨ, ਅਤੇ ਅਜੇ ਵੀ ਉਸੇ ਤਰ੍ਹਾਂ ਦੇ ਪੁਰਾਣੇ ਮਕਾਨਾਂ ਅਤੇ ਸੜਕਾਂ ਨੂੰ ਵੇਖਿਆ ਜਾ ਸਕਦਾ ਹੈ। ਇਸੇ ਯਰੂਸ਼ਲਮ ਨੂੰ ਬਹੁਤ ਹੀ ਪੁਰਾਣਾ ਅਤੇ ਖਾਸ ਸ਼ਹਿਰ ਕਿਹਾ ਜਾਂਦਾ ਹੈ। ਯਰੂਸ਼ਲਮ ਪ੍ਰਭੂ ਦਾ ਨਗਰ ਹੈ। ਬਾਈਬਲ ਵਿੱਚ ਲਿਖਿਆ ਹੋਇਆ ਹੈ ਕਿ ਇਹ ਰਾਜੇ ਦਾ ਨਗਰ ਹੈ। ਇਸੇ ਸ਼ਹਿਰ ਵਿੱਚ ਯਿਸੂ ਮਸੀਹ ਨੇ ਆਪਣਾ ਲਹੂ ਵਹਾਇਆ ਅਤੇ ਫਿਰ ਜੀ ਉੱਠਿਆ। ਇਸੇ ਸ਼ਹਿਰ 'ਚ ਕਲੀਸੀਆ ਉੱਤੇ ਪਵਿੱਤਰ ਆਤਮਾ ਉਂਡੇਲਿਆ ਗਿਆ, ਅਤੇ ਇਸੇ ਯਰੂਸ਼ਲਮ ਵਿੱਚ ਹੀ ਹਜ਼ਾਰ ਸਾਲ ਦਾ ਰਾਜ ਕਰਨ ਵਾਸਤੇ ਪ੍ਰਭੂ ਯਿਸੂ ਮਸੀਹ ਵਾਪਸ ਆ ਰਿਹਾ ਹੈ। ਸਾਰੀ ਕਾਇਨਾਤ ਉੱਤੇ ਉਹ ਸਰਬ ਸ਼ਕਤੀਮਾਨ ਪਰਮੇਸ਼ਰ ਇਸੇ ਸ਼ਹਿਰ ਵਿੱਚੋਂ ਹਜ਼ਾਰ ਸਾਲ ਤੱਕ ਆਪਣੀ ਹਕੂਮਤ ਕਰੇਗਾ, ਅਤੇ ਉਸਦੇ ਰਾਜ ਵਿੱਚ ਕੋਈ ਦੁੱਖ ਅਤੇ ਮੁਸੀਬਤ ਨਹੀਂ ਹੋਵੇਗਾ, ਕੋਈ ਅਥਰੂ ਨਹੀਂ ਹੋਣਗੇ, ਲੜਾਈ ਝਗੜਾ ਨਹੀਂ ਹੋਵੇਗਾ, ਕੋਈ ਭੁੱਖ ਨਹੀਂ ਹੋਵੇਗੀ, ਕੋਈ ਬਿਮਾਰੀ ਨਹੀਂ ਹੋਵੇਗੀ। ਅੱਜ ਤੁਸੀਂ ਵੇਖਦੇ ਹੋ ਕਿ ਨੇਤਾ ਬਹੁਤ ਸਾਰੇ ਵਾਅਦੇ ਕਰਦੇ ਹਨ, ਪਰ ਕੋਈ ਵਾਅਦਾ ਨਿਭਾਉਂਦੇ ਨਹੀਂ ਹਨ, ਕਿਉਂਕਿ ਉਹਨਾਂ ਤੋਂ ਇਹ ਨਹੀਂ ਹੋ ਸਕਦਾ। ਲੇਕਿਨ ਸਾਡਾ ਪ੍ਰਭੂ ਯਿਸੂ ਮਸੀਹ ਜਦੋਂ ਇਸ ਦੁਨੀਆਂ ਉੱਤੇ ਹਕੂਮਤ ਕਰੇਗਾ ਤਾਂ ਸਾਰੀ ਦੁਨੀਆਂ ਵਿੱਚ ਸ਼ਾਂਤੀ ਅਤੇ ਚੈਨ ਹੋਵੇਗਾ। ਉਸੇ ਯਰੂਸ਼ਲਮ ਸ਼ਹਿਰ ਵਿੱਚੋਂ ਅੱਜ ਮੈਂ ਤੁਹਾਨੂੰ ਪਰਮੇਸ਼ਰ ਦਾ ਵਚਨ ਸੁਣਾ ਰਿਹਾ ਹਾਂ। ਸੋ ਅੱਜ ਦੇ ਲਈ ਪਰਮੇਸ਼ਰ ਦਾ ਵਾਅਦਾ ਇਹ ਹੈ, ਜ਼ਬੂਰਾਂ ਦੀ ਪੋਥੀ 46 ਅਧਿਆਏ 11 ਆਇਤ, ਸੈਨਾ ਦਾ ਯਹੋਵਾ ਸਾਡੇ ਅੰਗ ਸੰਗ ਹੈ, ਯਾਕੂਬ ਦਾ ਪਰਮੇਸ਼ਰ ਸਾਡਾ ਉੱਚਾ ਗੜ ਹੈ। ਬਾਈਬਲ ਵਿੱਚ ਪਰਮੇਸ਼ਰ ਦਾ ਇੱਕ ਅਦਭੁਤ ਨਾਮ ਹੈ, ਸੈਨਾ ਦਾ ਯਹੋਵਾ ਅਰਥਾਤ ਗੋਡ ਆਫ ਆਰਮੀ। ਤੁਸੀਂ ਜਾਣਦੇ ਹੋ ਕਿ ਹਰੇਕ ਦੇਸ਼ ਦੀ ਆਪਣੀ ਸੈਨਾ ਹੁੰਦੀ ਹੈ, ਉਹਨਾਂ ਦੀ ਹਵਾਈ ਸੈਨਾ ਹੁੰਦੀ ਹੈ, ਥਲ ਸੈਨਾ ਹੁੰਦੀ ਹੈ, ਅਤੇ ਇਸੇ ਤਰ੍ਹਾਂ ਹੋਰ ਵੀ ਤਰ੍ਹਾਂ ਤਰ੍ਹਾਂ ਦੀ ਫੌਜ ਅਤੇ ਸੈਨਾ ਹੁੰਦੀ ਹੈ। ਹਰੇਕ ਦੇਸ਼ ਇਸ ਤਰ੍ਹਾਂ ਆਪਣੇ ਲਈ ਫੌਜ ਨੂੰ ਰੱਖਦਾ ਹੈ, ਇਸੇ ਤਰ੍ਹਾਂ ਪਰਮੇਸ਼ਰ ਦੀ ਵੀ ਇੱਕ ਆਪਣੀ ਸੈਨਾ ਹੈ। ਪਰਮੇਸ਼ਰ ਨੇ ਲੱਖਾਂ ਕਰੋੜਾਂ ਸਵਰਗ ਦੂਤਾਂ ਨੂੰ ਆਪਣੀ ਸੈਨਾ ਦੇ ਰੂਪ ਵਿੱਚ ਰੱਖਿਆ ਹੈ। ਉਹਨਾਂ ਨੂੰ ਤੁਸੀਂ ਕੇਵਲ ਆਤਮਿਕ ਅੱਖਾਂ ਨਾਲ ਹੀ ਵੇਖ ਸਕਦੇ ਹੋ। ਪਰਮੇਸ਼ਰ ਨੇ ਸੈਂਕੜੇ ਦੂਤਾਂ ਨੂੰ ਸਾਡੀ ਸਹਾਇਤਾ ਵਾਸਤੇ ਰੱਖਿਆ ਹੈ, ਅਤੇ ਉਹਨਾਂ ਨੂੰ ਨਾਮ ਦਿੱਤਾ ਗਿਆ ਹੈ ਸਹਾਇਕ ਆਤਮਾਵਾਂ। ਇਸੇ ਲਈ ਜ਼ਬੂਰਾਂ ਦੀ ਪੋਥੀ ਵਿੱਚ ਲਿਖਿਆ ਹੈ ਕਿ ਪਰਮੇਸ਼ਰ ਆਪਣੇ ਲੋਕਾਂ ਦੀ ਰਾਖੀ ਕਰਨ ਵਾਸਤੇ ਸਵਰਗ ਦੂਤਾਂ ਨੂੰ ਹੁਕਮ ਦਿੰਦਾ ਹੈ, ਅਤੇ ਉਸ ਦੇ ਦੂਤ ਉਸ ਦੇ ਲੋਕਾਂ ਦੀ ਚਾਰੇ ਪਾਸਿਓਂ ਰਾਖੀ ਕਰਦੇ ਹਨ। ਲੇਕਿਨ ਪ੍ਰਭੂ ਨੇ ਇਹ ਸਵਰਗ ਦੂਤ ਉਹਨਾਂ ਲਈ ਹੀ ਰੱਖੇ ਹਨ ਜਿਹੜੇ ਮੁਕਤੀ ਪ੍ਰਾਪਤ ਕਰਦੇ ਹਨ। ਜਦੋਂ ਸੰਸਾਰ ਦਾ ਕੋਈ MLA ਜਾਂ MP ਸੱਤਾ ਵਿੱਚ ਆਉਂਦਾ ਹੈ ਤਾਂ ਸਰਕਾਰ ਉਹਨਾਂ ਨੂੰ ਸੁਰੱਖਿਆ ਦਿੰਦੀ ਹੈ। ਜੇ ਮੰਤਰੀ ਬਣਦੇ ਹਨ ਤਾਂ ਕਈ ਸੁਰੱਖਿਆ ਕਰਮੀ ਮਿਲਦੇ ਹਨ, ਤੇ ਜੇ ਕੋਈ ਮੁੱਖ ਮੰਤਰੀ ਬਣਦਾ ਹੈ ਉਸ ਦੀ ਸੁਰੱਖਿਆ ਲਈ ਅੱਗੇ ਪਿੱਛੇ ਹਰ ਪਾਸੇ ਸਿਪਾਹੀ ਹੁੰਦੇ ਹਨ। ਜੇ ਪ੍ਰਧਾਨ ਮੰਤਰੀ ਹੈ ਤਾਂ ਉਸ ਦੀ ਸੁਰੱਖਿਆ ਵਾਸਤੇ 3 ਜਾਂ 4 ਤਰ੍ਹਾਂ ਦਾ ਸੁਰੱਖਿਆ ਘੇਰਾ ਹੁੰਦਾ ਹੈ। ਜਦੋਂ ਕੋਈ ਯਿਸੂ ਮਸੀਹ ਨੂੰ ਗ੍ਰਹਿਣ ਕਰਦਾ ਹੈ ਅਤੇ ਉਸ ਦੀ ਸਵਰਗੀ ਪਰਜਾ ਬਣ ਜਾਂਦਾ ਹੈ ਤਾਂ ਪਰਮੇਸ਼ਰ ਇਸ ਨੂੰ ਆਪਣਾ ਫਰਜ਼ ਸਮਝਦਾ ਹੈ ਕਿ ਆਪਣੇ ਲੋਕਾਂ ਦੀ, ਆਪਣੇ ਰਾਜ ਦੇ ਲੋਕਾਂ ਦੀ
ਰਾਖੀ ਕਰੇ ਤੇ ਇਸ ਲਈ ਆਪਣੇ ਲੋਕਾਂ ਦੀ ਰਾਖੀ ਲਈ, ਉਹਨਾਂ ਦੀ ਸੁਰੱਖਿਆ ਕਰਨ ਲਈ ਉਸਨੇ ਸਵਰਗਦੂਤਾਂ ਨੂੰ ਰੱਖਿਆ ਹੈ ਤੇ ਇਸ ਤਰ੍ਹਾਂ ਸਾਡੇ ਉੱਤੇ ਉਹ ਧਿਆਨ ਦਿੰਦਾ ਹੈ। ਇਸ ਕਰਕੇ ਸਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਇਸ ਦੁਨੀਆਂ ਵਿੱਚ ਇੱਕ ਹੋਰ ਤਾਕਤ ਹੈ, ਉਹ ਹੈ ਸ਼ੈਤਾਨ ਤੇ ਉਸਦੀ ਵੀ ਇੱਕ ਸੈਨਾ ਹੈ ਜਿਸ ਦਾ ਇਸਤੇਮਾਲ ਉਹ ਲੋਕਾਂ ਨੂੰ ਦੁੱਖ ਦੇਣ ਲਈ ਤੇ ਪਰੇਸ਼ਾਨ ਕਰਨ ਲਈ ਕਰਦਾ ਹੈ। ਪਰ ਉਸਦੀਆਂ ਸਾਰੀਆਂ ਮੁਸੀਬਤਾਂ ਤੋਂ ਪਰਮੇਸ਼ਰ ਦੀ ਸੈਨਾ ਸਾਡੀ ਰਾਖੀ ਕਰਦੀ ਹੈ ਤੇ ਸਾਡਾ ਪਰਮੇਸ਼ਰ ਸਾਡੀ ਸੁਰੱਖਿਆ ਕਰਨ ਲਈ ਸਾਡੇ ਨਾਲ ਰਹਿੰਦਾ ਹੈ। ਪਰਮੇਸ਼ਰ ਤੁਹਾਡੇ ਘਰ ਦੇ ਆਲੇ ਦੁਆਲੇ ਆਪਣੇ ਦੂਤਾਂ ਨੂੰ ਰੱਖਦਾ ਹੈ, ਤੁਹਾਡੇ ਆਲੇ ਦੁਆਲੇ ਦੂਤਾਂ ਨੂੰ ਰੱਖਦਾ ਹੈ ਤੇ ਇਸ ਤਰ੍ਹਾਂ ਉਹ ਤੁਹਾਡੀ ਰਾਖੀ ਕਰਦਾ ਹੈ। ਤੁਸੀਂ ਵਿਸ਼ਵਾਸ ਕਰੋ, ਮੈਂ ਇਸ ਤੇ ਵਿਸ਼ਵਾਸ ਕਰਦਾ ਹਾਂ। ਇਸ ਲਈ ਜਦੋਂ ਵੀ ਮੈਂ ਕਿਤੇ ਯਾਤਰਾ ਕਰਦਾ ਹਾਂ ਤਾਂ ਪ੍ਰਾਰਥਨਾ ਦੇ ਦੁਆਰਾ ਮੈਂ ਸਵਰਗਦੂਤਾਂ ਦੀ ਹਜ਼ੂਰੀ ਨੂੰ ਨਾਲ ਮਹਿਸੂਸ ਕਰਦਾ ਹਾਂ। ਸਵਰਗਦੂਤ ਅੱਗੇ ਅੱਗੇ ਚੱਲ ਕੇ ਸਾਡੀ ਰਾਖੀ ਕਰਦੇ ਹਨ। ਸਵਰਗਦੂਤਾਂ ਕੋਲ ਇੱਕ ਖਾਸ ਤਾਕਤ ਹੈ, ਇੱਕ ਖਾਸ ਸਮਰੱਥਾ ਹੈ। ਇਸ ਕਰਕੇ ਤੁਸੀਂ ਕਹਿਣਾ ਹੈ ਕਿ ਪਰਮੇਸ਼ਰ ਨੇ ਮੇਰੇ ਲਈ ਦੂਤਾਂ ਦੀ ਇੱਕ ਸੈਨਾ ਰੱਖੀ ਹੋਈ ਹੈ, ਇਸ ਲਈ ਹੇ ਸ਼ੈਤਾਨ, ਤੂੰ ਮੇਰਾ ਕੁਝ ਵੀ ਵਿਗਾੜ ਨਹੀਂ ਕਰ ਸਕਦਾ, ਤੂੰ ਕੁਝ ਵੀ ਨਹੀਂ ਕਰ ਸਕਦਾ। ਹੇ ਪਰਮੇਸ਼ਰ, ਤੂੰ ਸੈਨਾ ਦਾ ਯਹੋਵਾ ਹੈ ਤੇ ਮੇਰੀ ਤੇ ਮੇਰੇ ਪਰਿਵਾਰ ਦੀ ਚਾਰੇ ਪਾਸਿਓਂ ਰਾਖੀ ਕਰਦਾ ਹੈ। ਤੂੰ ਸਾਡੀ ਰਾਖੀ ਲਈ, ਸਾਡੀ ਸੁਰੱਖਿਆ ਲਈ ਸਵਰਗਦੂਤ ਦਿੱਤੇ ਹਨ ਤੇ ਨਾਲ ਹੋ ਕੇ ਰਾਖੀ ਕਰਦਾ ਹੈ, ਇਸ ਲਈ ਅਸੀਂ ਕਦੇ ਨਹੀਂ ਡਰਾਂਗੇ। ਯੇਸੂ ਦੇ ਨਾਂ ਵਿੱਚ ਪ੍ਰਾਰਥਨਾ ਕਰਦਾ ਹਾਂ ਪਿਤਾ, ਆਮੀਨ ਆਮੀਨ।